ਅਸਲਾਮੁਆਲੇਕਮ ਸਜਣੋ ਵੀਰੋ ਭਰਾਓ ਕੀ ਹਾਲ ਹੈ ਬਈ ਤੁਹਾਡਾ ਭਰਾ ਇਜਾਦ ਤਰੜ ਤੁਸੀਂ ਵੇਖ ਰਹੇ ਜੇ ਤਰੜ ਐਗਰੀ ਚੈਨਲ ਅੱਜ ਆਪ ਆ ਕੇ ਐਗਰੋ ਮੁਗੋਵਾਲ ਕੁੰਜਾੜ ਸਟਾਪ ਤੇ ਭਰਾਵਾਂ ਸਜਣਾ ਵੀਰਾਂ ਨੂੰ ਦੱਸਨੇ ਆ ਕਿ ਇੱਥੇ ਕਿਹੜੀ ਕਿਹੜੀ ਮਸ਼ੀਨ ਆਈ ਹੈ ਕਿਹੜੀ ਕਿਹੜੀ ਨਹੀਂ ਆਈ ਸਾਡਾ ਕੰਮ ਹੈ ਗੱਲ ਦੱਸਣੀ ਨੰਬਰ ਦੇਣਾ ਰਾਬਤਾ ਤੁਸੀਂ ਖੁਦ ਕਰਨਾ ਹੈ ਕਿੱਥੇ ਕਿੱਥੇ ਬੁਲਬੁਲ ਦੇ ਬੱਚੇ ਆਏ ਨੇ ਤੁਹਾਨੂੰ ਪਤਾ ਹੀ ਹੈ ਕਿ ਤਾਰਾ ਡੈਗਰੀ ਚੈਨਲ ਤੋਂ ਮਿਲ ਜਾਂਦੇ ਨੇ ਇਹ ਇੱਕ 87 ਮਾਡਲ ਫੀਅਰ ਟੰਜਰ ਦੇ ਵਿੱਚ ਨਾਬ 30 ਦੇ ਟਾਇਰ ਨੇ 13 ਫੁੱਟ ਕਟਰ ਹੈ ਜੀ ਤੇ ਮਾਸ਼ਾਅੱਲਾ ਬੁਲਬੁਲ ਦਾ ਬੱਚਾ ਜੀ ਜਾ ਕੇ ਮੌਕੇ ਤੇ ਰਫਤਾ ਜ਼ਰੂਰ ਕਰਿਓ ਹੁਣ ਤੁਹਾਨੂੰ ਪਤਾ ਹੈ ਕਿ ਅੱਗੇ ਬੁਲਬੁਲ ਦਾ ਬੱਚਾ ਖਰੀਦਣ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ ਤੇ ਹੁਣ ਜਨਾਬ ਬੁਲਬੁਲ ਦਾ ਬੱਚਾ ਲਿਓਨ ਵਾਲਾ ਕੋਈ ਕੋਈ ਬੰਦਾ ਹੈ ਹੁਣ ਜਿਹਨੇ ਬਲਬਲ ਦਾ ਬੱਚਾ ਲੈਣਾ ਹੈ ਉਹਨੇ ਸਮਝੋ ਤੂੰ ਮਸ਼ੀਨਾਂ ਦੇ ਪੈਸੇ ਭਰਨੇ ਨੇ ਤੇ ਫਿਰ ਇੱਕ ਬੱਚਾ ਲਬੜਾ ਥਾਸ ਉਥਰੀ ਮਸ਼ੀਨ ਹੈ ओरिजिनल ਰੰਗ ਚ ਹੈ ਰੀਕੰਡੀਸ਼ਨ ਦੀ ਸਾਡੀ ਗਾਰੰਟੀ ਹੋਵੇ ਦੀ 13 ਫੁੱਟ ਕਟਰੇ ਮਸ਼ੀਨ ਦੇ ਅੱਗੇ ਤੇ ਸਾਡੇ ਭਰਾ ਜਵੇਦ ਮਗੋਵਾਲ ਕੁੰਜਾ ਪਾਕ ਐਗਰੋ ਦੇ ਜਨਾਬੇ ali ਫਲੋਤੀ ਹੈ ਉਹਨਾਂ ਨਾਲ رابطہ ਜ਼ਰੂਰ ਕਰਿਓ ਉਸ ਤੋਂ ਬਾਅਦ ਇੱਕ ਮਸ਼ੀਨ ਜਨਾਬ ਇਹਨਾਂ ਕੋ 80 50 83 ਮਾਡਲ 13 ਫੁੱਟ ਕਟਰ ਇੰਜਨ ਪਾਨੂੰ ਪਤਾ ਹੀ ਹੈ ਫਿਰ ਹੋਵੇ 8050 ਤੇ ਫਿਰ ਫੋਰਡ ਹੀ ਆਉਂਦਾ ਜੀ ਦਰਮਿਆਨੀ ਮਸ਼ੀਨ ਹੈ ਤੇ ਕੋਈ ਮੇਰਾ ਭਰਾ ਸੱਜਣ ਵੀਰ ਲੈਣਾ ਚਾਵੇ ਦਰਮਿਆਨੀ ਮਸ਼ੀਨ 8050 ਇਹਨਾਂ ਨਾਲ ਰਾਬਤਾ ਜ਼ਰੂਰ ਕਰਿਓ ਮੌਕੇ ਤੇ ਮੌਜੂਦ ਜਾ ਕੇ ਚੈੱਕ ਕਰੋ ਮਸ਼ੀਨ ਰੀਕੰਡੀਸ਼ਨ ਐਵੀ ਰੀਕੰਡੀਸ਼ਨ ਹੈ ਜੀ 23x26 ਦੇ ਟਾਇਰ ਨੇ ਵੱਡਾ ਜਹਾਜ਼ ਵੀ ਖੜਿਆ ਜਨਾਬੇ ਵਾਲੇ ਇਹਨਾਂ ਦੇ ਕੋਲ ਮਾਸ਼ਾਅੱਲਾ ਜਨਾਬ ਪਾਕਿਸਤਾਨ ਜ਼ਿੰਦਾਬਾਦ ਮਾਸ਼ਾਅੱਲਾ ਵੇ ਮਾਸ਼ਾਅੱਲਾ ਵੇ ਵਸਦੇ ਰਹੋ ਭਰਾਓ ਸੱਜਣੋ ਜਿਨ੍ਹਾਂ ਨੇ ਪਾਕਿਸਤਾਨ ਦਾ ਝੰਡਾ ਜਨਾਬੇ ਅਲੀ 100 ਫੁੱਟ ਦੀ ਹਾਈਟ ਤੇ ਲਾ ਦਿੱਤਾ ਹੈ ਅੱਲਾਹ ਪਾਕ ਤੁਹਾਡੇ ਕਾਰੋਬਾਰ ਤਰੱਕੀ ਦੇਵੇ ਜੀ ਇਹ ਭਾਈ ਅਸ਼ਫਾਕ ਨੇ ਜਨਾਬ ਸਾਡੇ ਬੜੇ ਮਹਤਰਮ ਭਰਾ ਨੇ ਉਹਨਾਂ ਦੇ ਪਿਆਰ ਵਾਸਤੇ ਵੀਡੀਓ ਅਸੀਂ ਬਣਾ ਰਹੇ ਆ ਤੇ ਆਪਣੇ ਭਰਾਵਾਂ ਦੇ ਵਾਸਤੇ ਹੁਣ ਜਨਾਬ ਇੱਕ ਵੱਡਾ ਜਾਦੂ ਤੁਹਾਨੂੰ ਖਾਣੇ ਆ ਇਹ ਵੀ ਇੱਕ ਬਲਬਲ ਦਾ ਬੱਚਾ 22 ਫੁੱਟ ਕਟਰ ਦੇ ਨਾਲ ਆ ਗਿਆ ਜਨਾਬ ਬਲਬਲ ਦਾ ਬੱਚਾ 99 ਮਾਡਲ 99 ਮਾਡਲ ਮੈਨੂਅਲ ਦੇ ਵਿੱਚ ਜਨਾਬੇ ਅਲੀ ਰੀਕੰਡੀਸ਼ਨ ਜਨਾਬ ਆਪ ਮਾਡਲ ਦੀ ਮਸ਼ੀਨ ਹੈ ਤੇ ਵੱਡੇ ਜਹਾਜ਼ ਨੂੰ ਕਿਸੇ ਵੱਡੇ ਬੰਦੇ ਹੀ ਹੱਥ ਪਾਣਾ ਨਿੱਕੇ ਬੰਦੇ ਨੂੰ ਜਾਂ ਪਹਿਲੀ ਵਾਰੀ ਜਿਹੜਾ ਮਸ਼ੀਨ ਲਵੇ ਉਹ ਵੱਡੇ ਜਹਾਜ਼ ਨੂੰ ਹੱਥ ਨਾ ਪਾਵੇ ਇਹ ਸਾਡਾ ਇੱਕ مشورہ ਬਤੌਰ ਅਮਾਨਤ ਹੈ ਤੇ ਜਿਹੜੇ ਮੇਰੇ ਭਰਾ ਸੱਜਣ ਵੀਰ ਜਾਣਦੇ ਨਹਾਜ਼ ਨੂੰ 99 ਮਾਡਲ ਰੀਕੰਡੀਸ਼ਨ ਤੇ 22 ਫੁੱਟਾ ਕਟਰ ਜਨਾਬ ਟਰੈਲੇ ਦਾ ਉਹਨੂੰ ਪਤਾ ਨਹੀਂ ਸਾਡੇ ਨਾਲ ਹੈ ਕਿ ਨਹੀਂ ਹੈ ਤੇ 22 ਫੁੱਟਾ ਕਟਰੇ ਅਗਰ ਕੋਈ ਮੇਰਾ ਭਰਾ ਇਹ ਜਹਾਜ਼ ਖਰੀਦੇ ਅਗਰ ਉਹਨਾਂ ਨੇ ਟ੍ਰੈਲਾ ਮਸ਼ੀਨ ਦੇ ਨਾਲ ਆਇਆ ਹੋਇਆ ਤੇ ਦੇਣ ਦੇ ਅਗਰ ਨਾ ਆਇਆ ਆ ਇਸ ਜਹਾਜ਼ 22 ਫੁੱਟ ਦਾ ਟਰੈਲਾ ਵੀ ਜਨਾਬਿਆ ਲਈ ਤੁਹਾਨੂੰ ਦਿਆਂ ਦੇ ਚਾਰ ਟਾਇਰ ਵਾਲਾ ਤੁਸੀਂ ਯਾਦ ਕਰੋ ਦੇ ਵਾਕਏ ਜਹਾਜ਼ ਦਾ ਟਰੈਲਾ ਹੈ ਟਰੈਲਾ ਵੀ ਸਰਕਾਰ ਵਾਲਾ ਰੇਟ ਤੋਂ ਭਰਨਾ ਪੈਣਾ ਹੈ ਟਰੈਲਾ ਵੀ ਨਾਲ ਤੁਹਾਨੂੰ ਚਾਰ ਟਾਇਰ ਵਾਲਾ ਦਿਆਂ ਦੇ ਜਹਾਜ਼ ਜਿਆਦੀ ਟਾਇਰ ਟਰੈਕਟਰ ਵਾਲੇ ਦਿਆਂ ਦੇ ਅਸੀਂ 70 ਫਿਰ ਤੁਹਾਡੇ ਅੱਗੇ ਸ਼ੋਅ ਕਰਾ ਰਹੇ ਆ ਪਾਕ ਐਗਰੋ ਦੇ ਉੱਤੇ ਜਨਾਬ ਚੌਧਰੀ ਜਵੇਦ ਇਕਬਾਲ ਨਾਲ ਰابطਾ ਕਰੋ ਜਨਾਬ ਨੰਬਰ ਉੱਤੇ ਆ ਗਿਆ 0344 5803 ਪੁਰਾਣਾ ਨੰਬਰ ਹੈ ਪੁਰਾਣੇ ਬੰਦੇ ਨੇ ਤੁਸੀਂ ਜਾਣਦੇ ਜਗੇ ਸ਼ੋਰੂਮ ਦੇ ਉੱਤੇ ਤਾਰਾ ਐਗਰੋ ਦੀ ਕਿੰਨੀ ਵੀਡੀਓ ਸੀ ਇਹ ਸ਼ੋਰੂਮ ਦੇ ਉੱਤੇ ਮੈਂ ਆਪਣੀ ਅੱਖਾਂ ਦੇ ਨਾਲ 100 ਦੀ ਤਦਾਦ ਚ ਮਸ਼ੀਨਾ ਵੇਖੀਆਂ ਨੇ ਤੇ ਹੁਣ ਵੀ ਅੱਲਾ ਖੈਰ ਕਰੇ ਇਨਸ਼ਾ ਅੱਲਾ ਮਸ਼ੀਨਾਾਂ ਦੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਉਮੀਦ ਕਰਾਂਦੇ ਕਿ ਸ਼ੋਰੂਮ ਫਿਰ ਭਰਿਆ ਜਾਏਗਾ ਤੇ ਸਾਫ਼ ਬੰਦੇ ਨੇ ਅੱਛੀ ਗੱਲ ਕਰਦੇ ਨੇ ਅਗਰ ਰੀਕੰਡੀਸ਼ਨ ਹੋਵੇ ਤਾਂ ਰੀਕੰਡੀਸ਼ਨ ਦੱਸਦੇ ਨੇ ਪਹਿਲੀ ਗੱਲ ਇਹ ਸਿਵਲ ਮਸ਼ੀਨ ਨੂੰ ਨਾ ਆਪਣੇ ਸ਼ੋਰੂਮ ਦੇ ਥਲਦੇ ਨੇ ਲਵਾੜਾ ਮਸ਼ੀਨਾਾਂ ਦੇ ਕੋਲ 33 32 ਖੜੀ ਹੈ ਤੇ ਹੋਰ ਵੀ ਜਿਹੜੀ ਜਿਹੜੀ ਮਸ਼ੀਨ ਖੜੀ ਹੈ رابطہ ਜ਼ਰੂਰ ਕਰਿਓ ਆਖਰੀ ਜੁਮਲੇ ਦੇ ਨਾਲ ਫਸਦੇ ਰਹੋ ਸਜਣੋ ਬਹੁਤ ਮਿਹਰਬਾਨੀ ਭਰਾਓ ਸਜਣੋ ਵੀਰੋ ਤਾਰੇ ਡਾਕਰੀ ਨੂੰ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਬੰਦਾ ਉਹ ਦੇ ਦੇਓ ਬਹੁਤ ਸ਼ੁਕਰੀਆ ਆਖਰੀ ਜੁਮਲੇ ਨਾਲ ਵਸਦੇ ਰਹੋ ਸੱਜਣੋ ਪਰਦੇਸੀਓ ਪਰ ਭਾਈਓ ਪਾਕਿਸਤਾਨ ਜ਼ਿੰਦਾਬਾਦ